ਬਠਿੰਡਾ ਜ਼ਿਲ੍ਹੇ ਦੇ ਪਿੰਡ ਜੱਜਲ ਦੇ ਗਰੀਬ ਪਰਿਵਾਰ ਦੇ ਲੜਕੇ ਨੇ ਨੀਟ ਦੀ ਪ੍ਰੀਖਿਆ ਪਾਸ ਕਰ MBBS ਦੀ ਪੜ੍ਹਾਈ ਦੇ ਵਿੱਚ ਲਿਆ ਦਾਖਲਾ। ਜਾਣਕਾਰੀ ਅਨੁਸਾਰ ਪਿੰਡ ਜੱਜਲ ਦੇ ਬੋਹੜ ਦਾਸ ਨੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਤੋਂ ਬਾਅਦ ਮੈਰੀਟੋਰੀਅਸ ਸਕੂਲ ਦੇ ਵਿੱਚ ਆਪਣੀ ਪਲੱਸ ਟੂ ਦੀ ਪੜ੍ਹਾਈ ਪੂਰੀ ਕੀਤੀ ਅਤੇ ਉਸ ਤੋਂ ਬਾਅਦ 2022 ਦੇ ਵਿੱਚ ਨੀਟ ਦੀ ਪ੍ਰੀਖਿਆ ਦਿੱਤੀ, ਜਿਸ ਵਿੱਚ ਉਹ ਸਿਲੈਕਟ ਹੋਇਆ ਅਤੇ ਉਸ ਨੂੰ ਮੈਡੀਕਲ ਕਾਲਜ ਪਟਿਆਲਾ ਵਿਖੇ MBBS ਦੀ ਪੜ੍ਹਾਈ ਲਈ ਦਾਖਲਾ ਮਿਲਿਆ। पर गरीबी होण कारण उस कोल फीस भरन दे लई पैसे नहीं सन, क्योंकि उस दे पिता एक खेत मजदूर ने। ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਤੱਕ ਪਹੁੰਚ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਕਿਸੇ ਵੀ ਵਿਦਿਆਰਥੀ ਦੀ ਪੜ੍ਹਾਈ ਨਹੀਂ ਰੁਕਣ ਦੇਵਾਂਗੇ, ਉਸਨੂੰ ਫੀਸ ਕਿਤਾਬਾਂ ਆਦਿ ਦਾ ਫਿਕਰ ਕਰਨ ਦੀ ਜ਼ਰੂਰਤ ਨਹੀਂ, ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਲਦ ਹੋਣਹਾਰ ਵਿਦਿਆਰਥੀ ਆਪਣੀ ਮਿਹਨਤ ਸਦਕਾ ਉੱਚੇ ਮੁਕਾਮ ਹਾਸਲ ਕਰਦੇ ਨੇ। ਡਿਪਟੀ ਕਮਿਸ਼ਨਰ ਨੇ ਉਹਨਾਂ ਨਾਲ ਚਾਹ ਦਾ ਕੱਪ ਵੀ ਸਾਂਝਾ ਕੀਤਾ। ਬੋਹੜ ਦਾਸ ਅਤੇ ਉਸਦੇ ਪਿਤਾ ਨੇ ਬੜੀ ਖੁਸ਼ੀ ਜ਼ਾਹਿਰ ਕੀਤੀ ਕਿ ਡਿਪਟੀ ਕਮਿਸ਼ਨਰ ਵੱਲੋਂ ਸਾਡੀ ਗੱਲਬਾਤ ਬਹੁਤ ਧਿਆਨ ਦੇ ਨਾਲ ਸੁਣੀ ਗਈ ਅਤੇ ਹੱਲ ਕਰਨ ਦਾ ਵੀ ਭਰੋਸਾ ਦਿੱਤਾ। ਸਾਨੂੰ ਹੋਰ ਵੀ ਖੁਸ਼ੀ ਹੋਈ ਜਦ ਸਾਡੇ ਨਾਲ ਹੱਥ ਮਿਲਾ ਕੇ ਚਾਹ ਦਾ ਕੱਪ ਸਾਂਝਾ ਕੀਤਾ। ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਡਿਪਟੀ ਕਮਿਸ਼ਨਰ ਨਾਲ ਬੈਠ ਕੇ ਚਾਹ ਪੀਵਾਂਗੇ ਅਤੇ ਨਾ ਹੀ ਇਹ ਸੋਚਿਆ ਸੀ ਕਿ ਸਾਡਾ ਬੇਟਾ ਡਾਕਟਰ ਬਣ ਜਾਵੇਗਾ। ਪਰ ਹੁਣ ਮੇਰਾ ਬੇਟਾ ਡਾਕਟਰ ਬਣ ਕੇ ਪੈਸਾ ਕਮਾਉਣ ਲਈ ਨਹੀਂ, ਗਰੀਬਾਂ ਦੇ ਇਲਾਜ ਦੇ ਲਈ ਕੰਮ ਕਰੇਗਾ ਅਤੇ ਗਰੀਬਾਂ ਦੀ ਮਦਦ ਕਰਕੇ ਆਪਣਾ ਨਾਂ ਰੋਸ਼ਨ ਕਰੇਗਾ। ਦੇਖੇ, ਸਰਕਾਰ ਨੇ ਆਪਣੇ ਉਪਰਾਲੇ ਦੇ ਤਹਿਤ ਵੱਖ ਵੱਖ ਥਾਵਾਂ 'ਤੇ ਮੈਰੀਟੋਰੀਅਸ ਸਕੂਲ ਬਣਾਏ ਸੀਗੇ ਅਤੇ ਉਹਦਾ ਉਦੇਸ਼ ਹੀ ਇਹ ਸੀਗਾ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਨੇ ਉਹਨਾਂ ਨੂੰ ਵੀ ਇੱਕ ਮੌਕਾ ਮਿਲਣਾ ਚਾਹੀਦਾ ਕਿ ਉਹ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਸਕਣ। ਅਤੇ ਇਹ ਸਾਡੇ ਜ਼ਿਲ੍ਹੇ ਦੇ ਲਈ ਮਾਣ ਦੀ ਗੱਲ ਹੈਗੀ ਹੈ ਕਿ ਆਪਣਾ ਮੈਰੀਟੋਰੀਅਸ ਸਕੂਲ ਦਾ ਇੱਕ ਬੱਚਾ ਬਿਲਕੁਲ ਮੈਰਿਟ ਦੇ ਆਧਾਰ 'ਤੇ ਉਹਨਾਂ ਦੀ ਪਟਿਆਲਾ ਮੈਡੀਕਲ ਕਾਲਜ ਵਿੱਚ ਬਿਲਕੁਲ ਇੱਕ ਦਿਹਾੜੀਦਾਰ ਦਾ ਪੁੱਤਰ ਹੈਗਾ, ਬੋਹੜਦਾਸ ਜੀ ਹੈਗੇ ਆਪਣੇ ਬੱਚਾ, ਅਤੇ ਉਹ ਜੱਜਲ ਪਿੰਡ ਦਾ ਰਹਿਣ ਵਾਲਾ ਹੈਗਾ, ਗਰੀਬ ਪਰਿਵਾਰ ਤੋਂ ਹੈ ਅਤੇ ਮੈਰੀਟੋਰੀਅਸ ਸਕੂਲ ਵਿੱਚ ਪੜ੍ਹ ਕੇ ਹੁਣ ਆਪਣੇ ਬਲਬੂਤੇ 'ਤੇ ਪਿਓਰ ਮੈਰਿਟ ਦੇ ਆਧਾਰ 'ਤੇ ਉਹਦੀ ਐਡਮਿਸ਼ਨ ਹੋਈ ਹੈ। ਅਤੇ ਆਪਾਂ ਅਖਬਾਰਾਂ ਵਿੱਚ ਪੜ੍ਹਿਆ ਸੀਗਾ ਕਿ ਇਹ ਬੱਚੇ ਨੂੰ ਫੀ ਭਰਨ ਵਿੱਚ ਵੀ ਕਿਸੇ ਤਰੀਕੇ ਨਾਲ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਸੀਗੀ ਅਤੇ ਇਹਨਾਂ ਨੇ ਫੀ ਤਾਂ ਭਰ ਲਈ ਹੈਗੀ ਆ, ਪਰ ਆਪਾਂ ਪ੍ਰਸ਼ਾਸਨ ਦੀ ਤਰਫੋਂ, ਰੈੱਡ ਕ੍ਰੋਸ ਦੀ ਤਰਫੋਂ ਇਹਨਾਂ ਨੂੰ ਅੱਜ ਇੱਥੇ ਬੁਲਾ ਕੇ ਇਹਨਾਂ ਨੂੰ ਆਸ਼ਵਾਸਨ ਦਿੱਤਾ ਹੈਗਾ ਕਿ ਇਹਨਾਂ ਦੇ ਜਿਹੜਾ ਫੀ ਹੈਗਾ ਅੱਗੇ ਦਾ ਵੀ, ਇਹਨਾਂ ਦੀ ਜਿਹੜੀ ਬੁੱਕਸ ਹੈਗੇ ਆ ਜਾਂ ਫਿਰ ਹੋਰ ਵੀ ਕਿਸੇ ਵੀ ਤਰੀਕੇ ਦੀ ਇਹਨਾਂ ਦੀ ਲੋੜ, ਜਿੱਥੇ ਉਹਨਾਂ ਨੂੰ ਆਪਣੀ ਪੜ੍ਹਾਈ ਪੂਰਨ ਕਰਨ ਵਿੱਚ ਕਿਸੇ ਵੀ ਤਰੀਕੇ ਦੀ ਸਹਿਯੋਗ ਦੀ ਲੋੜ ਹੋਏਗੀ ਤਾਂ ਪ੍ਰਸ਼ਾਸਨ ਇਹਨਾਂ ਦੇ ਨਾਲ ਹੋਵੇਗੀ। ਅਤੇ ਆਪਾਂ ਇਹਨਾਂ ਨੂੰ ਉਹੀ ਇਨਸ਼ੋਰ ਕਰਨਾ ਸੀ, ਇਨਸ਼ੋਰ ਕਰਨਾ ਸੀਗਾ ਅਤੇ ਮੈਂ ਇਹਨਾਂ ਨੂੰ, ਇਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਮੈਂ ਉਮੀਦ ਕਰਦਾ ਕਿ ਇਸ ਬੱਚੇ ਨੂੰ ਵੇਖ ਕੇ ਹੋਰ ਵੀ ਬਠਿੰਡਾ ਜ਼ਿਲ੍ਹੇ ਵਿੱਚ ਜਿਹੜੇ ਗਰੀਬ ਪਰਿਵਾਰ ਹੈ ਉਹਨਾਂ ਦੇ ਬੱਚੇ ਵੀ ਇਹਨਾਂ ਤੋਂ ਪ੍ਰੇਰਿਤ ਹੋ ਕੇ ਇਸ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ, ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਬੱਚਤ ਕੇ ਸਹੀ ਤਰੀਕੇ ਨਾਲ ਪੜ੍ਹਾਈ ਕਰਕੇ ਅੱਗੇ ਵਧਣਗੇ। ਮੇਰਾ ਨਾਮ ਬੋਹੜਦਾਸ ਹੈ, ਮੇਰਾ ਪਿੰਡ ਜੱਜਲਾ ਹੈ ਅਤੇ ਮੈਂ ਆਪਣੀ 12ਵੀਂ ਦੀ ਪੜ੍ਹਾਈ ਮੈਰੀਟੋਰੀ ਸਕੂਲ ਬਠਿੰਡਾ ਤੋਂ ਕਰੀ ਅਤੇ ਉਸ ਤੋਂ ਬਾਅਦ ਮੈਂ ਨੀਟ ਦਾ ਪੇਪਰ ਦਿੱਤਾ 2022 'ਚ ਅਤੇ ਮੇਰਾ ਨੀਟ ਦਾ ਪੇਪਰ ਕਲੀਅਰ ਹੋ ਗਿਆ। ਹੁਣ ਮੈਨੂੰ ਪਟਿਆਲੇ ਸਰਕਾਰੀ ਮੈਡੀਕਲ ਕਾਲਜ ਵਿੱਚ MBBS ਐਡਮਿਸ਼ਨ ਮਿਲ ਗਈ ਹੈ ਅਤੇ ਮੈਨੂੰ ਆਪਣੀ ਫੀਸ ਭਰਨ ਵਿੱਚ ਕੁਝ ਦਿੱਕਤ ਆ ਰਹੀ ਸੀ ਕਿਉਂਕਿ ਮੇਰੇ ਘਰ ਦੇ ਹਾਲਾਤ ਵੀ ਇੰਨੇ ਵਧੀਆ ਨਹੀਂ ਸੀ ਅਤੇ ਜੋ ਕਿ ਮੇਰੀ ਇੰਨੀ MBBS ਦੀ ਫੀਸ ਭਰ ਸਕਣ। ਤਾਂ ਅੱਜ ਅਸੀਂ DC ਸਾਹਿਬ ਦੇ ਨਾਲ ਫੀਸ ਬਾਰੇ ਵੀ ਗੱਲ ਕਰੀ, ਉਹਨਾਂ ਨੇ ਮੈਨੂੰ ਸਪੋਰਟ ਕਰੀ ਵੀ ਤੂੰ ਫੀਸ ਦੀ ਤੈਨੂੰ ਕੋਈ ਦਿੱਕਤ ਨਹੀਂ ਆਵੇਗੀ, ਜੇ ਕੋਈ ਦਿੱਕਤ ਆਵੇ ਸਾਡੇ ਨਾਲ ਤੁਸੀਂ ਕੰਟੈਕਟ ਕਰ ਲੈਣਾ। ਅਤੇ ਬਾਕੀ ਮੈਂ ਇਹੀ ਬਸ ਕਹਿਣਾ ਚਾਹੁੰਦਾ ਵੀ ਮਿਹਨਤ ਕਰੋ ਸਾਰੇ ਬੱਚੇ ਅਤੇ ਆਪਣਾ ਵਧੀਆ ਕੰਮ ਖੇਤਾਂ ਵਿੱਚ ਮਜ਼ਦੂਰੀ ਕਰਦੇ ਆ ਜੀ। ਮਜ਼ਦੂਰੀ ਕਰਦੇ? ਕਿੰਨੇ ਭੈਣ ਭਰਾ ਤੁਸੀਂ? ਅਸੀਂ 5 ਭੈਣ ਭਰਾ ਹੈ, 3 ਅਤੇ ਡੈਡੀ। ਮੇਰੇ ਡੈਡੀ ਨੇ ਇਹੀ ਕਿਹਾ ਸੀਗਾ ਵੀ ਆਪਾਂ ਪੈਸੇ ਵੱਲ ਨਹੀਂ ਭੱਜਣਾ ਜੀ, ਕਿਉਂਕਿ ਪੈਸਾ ਤਾਂ ਹਰ ਕੋਈ ਕਮਾਉਂਦਾ ਜੀ, ਗੱਲ ਕਰ ਕਹਿੰਦੇ ਆਪਾਂ ਇਹੋ ਜਿਹਾ ਡਾਕਟਰ ਬਣਨਾ ਵੀ ਜੀ ਤਾਂ ਨਾਮ ਚੱਲੇ ਜੀ ਡਾਕਟਰ ਦਾ, ਗਰੀਬਾਂ ਦੀ ਮਦਦ ਕਰਨੀ ਹੈ। ਕਿਉਂਕਿ ਮੇਰੇ ਡੈਡੀ ਵੀ ਇੱਕ ਵਾਰੀ TB ਹੋ ਗਿਆ ਸੀ ਇਹਨਾਂ ਨੂੰ ਜੀ, ਸਾਡੇ ਇੱਕ ਡਾਕਟਰ ਸੀ ਤਲਵੰਡੀ, ਉਹਨਾਂ ਨੇ ਬਹੁਤ ਮਦਦ ਕਰੀ, ਕਹਿੰਦੇ ਉਹ ਡਾਕਟਰ ਵਾਂਗੂ ਬਸ ਬਣਨਾ ਜੀ, ਕਹਿੰਦੇ ਵੀ ਆਪਾਂ ਗਰੀਬ ਤੋਂ ਚਾਰਜ ਲਿਆ ਨਾ ਲਿਆ ਨਾ ਬਰਾਬਰ, ਬਸ ਆਪ ਸੇਵਾ ਕਰਨੀ ਹੈ ਜੀ। ਬਹੁਤ ਵਧੀਆ, DC ਸਾਹਿਬ ਨੇ ਹੱਥ ਮਿਲਾਇਆ ਸੀ ਖੁਦ ਵੀ, ਐਵੇਂ ਨਹੀਂ ਕਰਨ ਦਿੱਤਾ ਵੀ ਟਾਊਨ ਟੂ ਅਰਥ ਸੀ। ਠੀਕ ਹੈ, ਗੁਰਦਾਸ ਸਿੰਘ ਜੀ ਡੈਡੀ ਕਰਨਾ ਜੀ, ਬੇਟੇ ਨੇ ਦਿਹਾੜੀ ਖੇਤਾਂ ਦੀ ਮਜ਼ਦੂਰੀ ਜੀ, ਅਤੇ ਬੇਟੇ ਨੇ MBBS ਦੀ ਪੜ੍ਹਾਈ ਕਰਕੇ, ਮੈਡੀਕਲ ਦੀ ਪੜ੍ਹਾਈ ਕਰਕੇ ਜੀ MBBS ਦਾ ਪੇਪਰ ਦਿੱਤਾ 2022 'ਚ, ਉਹ ਕਲੀਅਰ ਕਰ ਗਿਆ ਜੀ। ਉਹਦੇ ਥੋੜ੍ਹੀ ਸਾਨੂੰ ਫੀਸ ਦੀ ਦਿੱਕਤ ਆਉਂਦੀ ਸੀਗੀ ਜੀ, ਫੀਸ ਦੀ ਦਿੱਕਤ ਕਰਕੇ ਫਿਰ ਉਹ ਜਦੋਂ ਸਾਨੂੰ ਪ੍ਰਿੰਸੀਪਲਾਂ ਨੇ ਦੱਸਿਆ, DC ਸਾਹਿਬ ਨਾਲ ਸਾਡੀ ਗੱਲਬਾਤ ਹੋਈ ਜੀ, ਇਹਨਾਂ ਨੇ ਫੀਸ ਬਾਰੇ ਸਾਨੂੰ ਕਿਹਾ ਵੀ ਕੋਈ ਦਿੱਕਤ ਨਹੀਂ ਆਉਣ ਦਿੰਦੇ ਹੈ। ਬਸ ਆਪਾਂ ਇੱਕ ਹੀ ਬੇਟੇ ਨੂੰ ਗੱਲ ਸਮਝਾਈ ਹੈ ਜੀ ਵੀ ਦੁਨੀਆਂ ਦੇ ਵਿੱਚ ਇੱਕ ਨਾਮ ਕਮਾਉਣਾ, ਗਰੀਬਾਂ ਦੀ ਸੇਵਾ ਕਰਨੀ ਹੈ, ਗਰੀਬ ਪਰਿਵਾਰ 'ਚੋਂ ਆਪਾਂ। ਬਹੁਤ ਵਧੀਆ ਲੱਗਿਆ ਜੀ, ਬਹੁਤ ਵਧੀਆ ਬੱਚਿਆਂ ਨੇ ਚਾਹ ਪੀਤੀ ਸਾਡੇ ਨਾਲ, ਹੱਥ ਮਿਲਾਇਆ, ਵਧੀਆ ਗੱਲਬਾਤ ਕੀਤੀ ਜੀ, ਵੀ ਕੋਈ ਦਿੱਕਤ ਨਹੀਂ ਆਉਣ ਦਿੰਦੇ ਫੀਸ 'ਚ। ਹਾਂਜੀ, ਅਸੀਂ ਤਾਂ ਇਹੀ ਉਮੀਦ ਰੱਖਦੇ ਹਾਂ ਵੀ ਜੀ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰੇ, ਉਹਦਾ ਹੀ ਫਾਇਦਾ ਸਾਨੂੰ।
ਬੜਾ ਪੈਸਾ ਕਮਾਉਣ ਦਾ ਕੋਈ ਫਾਇਦਾ ਨਹੀਂ। ਅਸੀਂ ਤਾਂ ਗਰੀਬ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਜੇ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਪੜ੍ਹ ਕੇ ਮਿਹਨਤ ਕਰਕੇ ਕੁਛ ਬਣਨ ਜ਼ਰੂਰ।